ਗੁੱਡ ਮਾਰਨਿੰਗ ਸਸ਼ੀਕਾਲ ਵੈਲਕਮ ਬੈਕ ਟੂ आवर ਚੈਨਲ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਰੱਜ ਖੁਸ਼ੀ ਹੋਵੋਗੇ ਸੋ ਮੇਰਾ ਵਲੌਗ ਸਟਾਰਟ ਹੋ ਰਿਹਾ ਹੈਗਾ ਸਾਢੇ 9 ਵਜੇ ਤੇ ਅੱਜ ਸਵੇਰ ਦੀ ਬਹੁਤ ਜ਼ਿਆਦਾ ਬਾਰਿਸ਼ ਪੈ ਰਹੀ ਹੈ ਜਿਵੇਂ ਹੀ ਮੈਂ ਉੱਠੀ ਪਹਿਲਾਂ ਤਾਂ ਮੈਨੂੰ ਐਵੇਂ ਸੀ ਹੋਇਆ ਕਿ ਅੱਜ ਰਾਇਮ ਕਿੰਨਾ ਹੋਇਆਗਾ ਤੇ ਜਦੋਂ ਮੈਂ ਟਾਈਮ ਦੇਖਿਆ ਉਦੋਂ ਟਾਈਮ ਬਹੁਤ ਜ਼ਿਆਦਾ ਹੋ ਚੁੱਕਿਆ ਸੀ ਕਿਉਂਕਿ ਹਨੇਰਾ ਸੀ ਬਾਹਰ ਬਾਰਿਸ਼ ਹੋ ਰਹੀ ਸੀ ਤਾਂ ਕਰਕੇ ਮੈਂ ਥੋੜੀ ਜਿਹੀ ਲੇਟ ਹੋ ਗਈ ਨਲੇ ਮੈਂ ਹੁਣੇ ਨਹਾਤ ਹੋ ਕੇ ਆ ਨਾ ਰੈਡੀ ਹੋਈ ਆ ਮੋਕਸ਼ੀ ਅੱਜ ਸਕੂਲ ਨਹੀਂ ਗਈ ਕਿਉਂਕਿ ਬਹੁਤ ਤੇਜ਼ ਬਾਰਿਸ਼ ਹੋ ਰਹੀ ਹੈ ਫਿਰ ਉਹਨੂੰ ਸਕੂਲ ਕਿੱਦਾਂ ਛੱਡ ਕੇ ਆਵਾਂਗੇ ਕਿਉਂਕਿ ਜਿੱਧਰੇ ਦਾ ਸਕੂਲ ਹੈ ਨਾ ਮੋਕਸ਼ੀ ਦਾ ਉਧਰ ਥੋੜਾ ਜਿਹਾ ਕੱਚਾ ਹੈਗਾ ਵੀ ਪ੍ਰੋਪਰ ਸੜਕ ਨਹੀਂ ਬਣੀ ਹੋਈ ਤਾਂ ਕਰਕੇ ਨਾ ਸਕੂਟਰੀ ਸਲਿੱਪ ਹੋ ਜਾਂਦੀ ਹੈ ਬਾਰਿਸ਼ ਦੇ ਵਿੱਚ ਤੇ ਬਾਕੀ ਦੇਖਦੇ ਆਂ ਜੇ ਬਾਰਿਸ਼ ਰੁਕਦੀ ਹੈ ਤਾਂ ਆਪਾਂ ਉਹਨੂੰ ਛੱਡ ਆਵਾਂਗੇ ਬਾਕੀ 9 ਤੇ ਮੇਰੇ ਕੰਮ ਸਾਰੇ ਉਦਾਂ ਪਏ ਨੇ ਜਿੱਦਾਂ ਹਨਾ ਪਏ ਹੁੰਦੇ ਨੇ ਖਲਾਰਾ ਵਗੈਰਾ ਇਹ ਉਹ ਤੇ ਮੌਕਸ਼ੀ ਬਾਹਰ ਗਈ ਇਹ ਪਾਪਾ ਨਾਲ ਸਾਈਕਲ ਤੇ ਘੁੰਮਣ ਮੈਂ ਕਿਹਾ ਚਲ ਏਨੇ ਮੈਂ ਆਪਣਾ ਵਲੌਗ ਸਟਾਰਟ ਕਰ ਲੈਣੀ ਹੈ ਬਾਕੀ ਮੈਂ ਨਹਾ ਲਈ ਤੇ ਅੱਜ ਮੇਰਾ ਸੂਟ ਦੇਖ ਲੋ ਮੈਂ ਚਲੋ ਹੁਣ ਆਪਾਂ ਆਪਣੇ ਵਲੌਗ ਦਾ ਸਟਾਰਟ ਕਰਦੇ ਹਾਂ ਮੈਂ ਆਪਣਾ ਵਲੌਗ ਵਲੌਗ ਦੇ ਵਿੱਚ ਕੰਟੀਨਿਊ ਬਣੇ ਰਹਿਣਾ ਜਿਹੜਾ ਕੋਈ ਮੇਰੇ ਵਲੌਗ ਚ ਪਹਿਲੀ ਵਾਰ ਆਇਆ ਹੈ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਸੋ ਵਲੌਗ ਦੇ ਵਿੱਚ ਕੰਟੀਨਿਊ ਬਣੇ ਰਹੋ ਸੋ ਹਾਂਜੀ ਫੈਮਿਲੀ ਹਨਾ ਉਸ ਤੋਂ ਬਾਅਦ ਫਿਰ ਜਦੋਂ ਹੀ ਥੋੜੀ ਜਿਹੀ ਬਾਰਿਸ਼ ਸ਼ੁਰੂ ਕੀ ਕਿ ਨਿਮਿੰਝ ਹੋ ਰਹੀ ਸੀ ਹਲੇ ਵੀ ਤੇ ਮੈਂ ਕਿਹਾ ਚਲੋ ਹੁਣ ਆਪਾਂ ਆਪਣੇ ਕੰਮ ਦਾ ਕਰਦੇ ਕਰ ਹੀ ਲਈਏ ਕਿਉਂਕਿ ਬਾਰਿਸ਼ ਤਾਂ ਹੁੰਦੀ ਹੀ ਰਹਿਣੀ ਹੈਗੀ ਕੰਮ ਤਾਂ ਕਰਨਾ ਹੀ ਪੈਣਾ ਹੈਗਾ ਤੇ ਇਹ ਮੰਦਰ ਅੰਦਰੋਂ ਕਰ ਲਿਆ ਸੀ ਫਿਰ ਬਾਰੋ-ਬਾਰੋ ਮੈਂ ਕਿਹਾ ਚਲੋ ਨਹੀਂ ਕਰਦੀ ਕਿਉਂਕਿ ਫਿਰ ਬਾਰ ਬਾਰ ਇਸ ਪੈ ਰਹੀ ਹੈ ਫਿਰ ਸਾਰਾ ਵਿੜਾ ਗੰਦਾ ਹੋਇਆ ਪਿਆ ਸੀਗਾ ਵਿੜੇ ਗੰਦੇ ਦੇ ਨਾਲ ਨਾ ਬਾਹਰ ਅੰਦਰੋਂ ਵੀ ਪੈ ਰਾਰੇ ਸੀ ਗੰਦੇ ਤਾਂ ਕਰਕੇ ਫਿਰ ਅੱਜ ਪੋਚਾ-ਪੋਚਾ ਮੈਂ ਨਹੀਂ ਲਾਇਆਗਾ ਬਸ ਜਿਵੇਂ ਅਸੀਂ ਸੁੱਤੇ ਉੱਟੇ ਸਾਨੂੰ ਚਦਰ ਵਗੈਰਾ ਪਈਆਂ ਸੀ ਤੈ ਕਰਨ ਵਾਲੀ ਹੈ ਮੈਂ ਕਿਹਾ ਚਲੋ ਚਦਰਾਂ ਤੈ ਕਰ ਦੇਣੀਆਂ ਤੇ ਬਸ ਹੁਣ ਇੱਥੇ ਮੈਂ ਚੱਦਰ ਵਗੈਰਾ ਤੈਅ ਕਰ ਰਹੀ ਸੀ ਤੇ ਨਾਲ ਹੀ ਆਣਾ ਜਿਹੜ ਜਿਹੜ ਮੈਨੂੰ ਖਲਾਰਾ ਦੀ ਸੁਗਾ ਉਹ ਚੱਕ ਲੂੰਗੀ ਜਿਵੇਂ ਨਾ ਰਾਤੀ ਮੋਕਸ਼ੀ ਨੇ ਬਹੁਤ ਜ਼ਿਆਦਾ ਆਪਣੇ ਖਲੋਣੇ ਖਲਾਰਤੇ ਸੀਗੇ ਸਾਰੇ ਇੱਥੇ ਨਾਲ ਹੀ ਬੈਠ ਦੇ ਖਲੋਣੇ ਖਿਲਰੇ ਪਏ ਸੀ ਤੇ ਮੈਂ ਫਿਰ ਰਾਤੀ ਚੱਕੇ ਨਹੀਂ ਮੈਂ ਕੱਇ ਚੱਲ ਸਵੇਰੇ ਚੁੱਕ ਲੂੰਗੀ ਬਸ ਫਿਰ ਮੈਂ ਨਾ ਚੱਦਰ ਵਗੈਰਾ ਸਾਰੀਆਂ ਤੈਅ ਕਰਕੇ ਫਿਰ ਮੈਂ ਨਾ ਆਪਣੀ ਚੱਦਰ ਨੂੰ ਝਾੜਦਾ ਸੀਗਾ ਤੇ ਰਾਤੀ ਸਾਚੇ ਤੁਹਾਨੂੰ ਇਹ ਵੀ ਦੱਸਣਾ ਸੀ ਕੱਲ ਤੁਸੀਂ ਆਣਾ ਵੀਡੀਓ ਦੇ ਵਿੱਚ ਦੇਖਿਆ ਸੀ ਮੈਂ ਦੂਜੀ ਚੱਦਰ ਪਛਾਈ ਹੋਈ ਸੀ ਤੇ ਰਾਤੀ ਨੂੰ ਮੋਕਸ਼ੀ ਨੇ ਫਿਰ ਉਹਦੇ ਉੱਤੇ ਚੱਦਰ ਉੱਤੇ ਨਾ ਪਾਣੀ ਵਗੈਰਾ ਡੋਲਦਾ ਸੀਗਾ ਫਿਰ ਮੈਨੂੰ ਚੱਦਰ ਚੇਂਜ ਕਰਨੀ ਪਈ ਤਾਂ ਅੰਗਰ ਕੇ ਫਿਰ ਮੈਂ ਰਾਤੀ ਹੋਈਆ ਕੌਫੀ ਵਾਲੀ ਚੱਦਰ ਬਹੁਤ ਵਿਸ਼ਾਲੀ ਸੀ ਮੈਂ ਚੇਂਜ ਕਰਤੀ ਸੀ ਤਾ ਕਰਕੇ ਫਿਰ ਅੱਜ ਆਪਾਂ ਚਾਦਰ ਨਹੀਂ ਚੇਂਜ ਕਰਾਂਗੇ ਵੈਸੇ ਨਾ ਲਾਈਟ ਕਲਰ ਮੈਂ ਵਛਾ ਕੇ ਦੇਖ ਲਿਆ ਲਾਈਟ ਕਲਰ ਸਾਡੇ ਬੈਡ ਤੇ ਨਹੀਂ ਖੜਦਾਗਾ ਉਹ ਤਾਂ ਦੋ ਦਿਨ ਹੀ ਮਸਾ ਟਿਕਦਾ ਹੈਗਾ ਤੇ ਨਾਲੇ ਬਹੁਤ ਜ਼ਿਆਦਾ ਮੈਲੀ ਹੋ ਜਾਂਦੀ ਹੈ ਲਾਈਟ ਵਾਲੀ ਬਹੁਤ ਜਲਦੀ ਤੇ ਜਿਹੜੀ ਡਾਰਕ ਵਾਲੀ ਹੁੰਦੀ ਹੈ ਉਹ ਨਹੀਂ ਜ਼ਿਆਦਾ ਹਨਾ ਮੈਲੀ ਹੁੰਦੀ ਕੀ ਤਾਂ ਕਰਕੇ ਉਹ ਦੋ ਤਿੰਨ ਦਿਨ ਕੱਢ ਜਾਂਦੀ ਹੁੰਦੀ ਹੈ ਤੇ ਹੁਣ ਤੇ ਫਿਰ ਮੈਂ ਨਾਲ ਹੀ ਆਪਣਾ ਜਿਹੜਾ ਬੈੱਡ ਆ ਉਹਨੂੰ ਚੰਗੀ ਤਰ੍ਹਾਂ ਝਾੜ ਰਹੀ ਸੀ ਡਸਟਿੰਗ ਵਗੈਰਾ ਕਰ ਰਹੀ ਸੀਗੀ ਅੱਜ ਨਾ ਮੈਂ ਥੋੜਾ ਜਿਹਾ ਗਿੱਲਾ ਕਰਿਆ ਸੀ ਕਪੜੇ ਨੂੰ ਤੇ ਡਸਟਿੰਗ ਵਾਲੇ ਨੂੰ ਥੋੜਾ ਜਿਹਾ ਗਿੱਲਾ ਕਰਕੇ ਬਰਤੇ ਮਾਰਿਆ ਸੀ ਕਿਉਂਕਿ ਮਿੱਟੀ ਨਾ ਬਹੁਤ ਜੰਮੀ ਪਈ ਸੀਗੀ ਤੇ ਮੈਂ ਕਿਹਾ ਚਲੋ ਆ ਥੋੜਾ ਜਿਹਾ ਗਿੱਲਾ ਕਰਕੇ ਮਾਰ ਦੇਣੀ ਆ ਮਿੱਟੀ ਥੋੜੀ ਨਿਕਲ ਜਾਏਗੀ ਸੋ ਬਸ ਦੋਸਤੋ ਤੇ ਨਾ ਮੈਂ ਅੱਜ ਇੱਕ ਹੋਰ ਦਸਨਾ ਹੀ ਮੈਂ ਅੱਜ ਸੂਟ ਨਵਾਂ ਪਾਇਆਗਾ ਨਮਸਟਿ ਚਿਕਰਾਇਆ ਸੀਗਾ ਇਹ ਸੂਟ ਮੰਮੀ ਤੋਂ ਤੇ ਮੈਂ ਨਾ ਕਾਫੀ ਦਿਨ ਹੋ ਗਏ ਲੈ ਕੇ ਰੱਖੇ ਹੋਏ ਸੀ ਕਪੜੇ ਤੇ ਹੋਰ ਵੀ ਸੂਟ ਪਏ ਆ ਸੀ ਨਾਲੇ ਹੌਲੀ ਹੌਲੀ ਸਿੱਪਦੇ ਰਹਿਣਗੇ ਤੇ ਇਹ ਮੰਮਾ ਨੇ ਸੀਤਾ ਸੀਗਾ ਮੈਂ ਕਿਹਾ ਚਲੋ ਗਰਮੇਜ ਘਰ ਪਾਉਣ ਵਾਸਤੇ ਲੈ ਕੇ ਆਈ ਸੀ ਤੇ ਬਸ ਬਾਕੀ ਤੁਸੀਂ ਸਾਰੇ ਤਾਂ ਇਹਨੂੰ ਦੱਸਿਓ ਕਿਦਾਂ ਲੱਗ ਰਿਹਾ ਡਿਜ਼ਾਈਨ ਕਿਵੇਂ ਮੰਮੀ ਨੇ ਲੈਸ਼ ਵਗੈਰਾ ਲਾ ਕੇ ਥੋੜਾ ਜਿਹਾ ਡਿਜ਼ਾਈਨ ਵੀ ਪਾਇਆ ਬਾਕੀ ਮੈਂ ਜ਼ਿਆਦਾ ਹਣਾ ਡਿਜ਼ਾਈਨ ਨਹੀਂ ਪਵਾਏ ਕਿਉਂਕਿ ਮੈਂ ਘਰ ਹੀ ਪਾਣਾ ਸੀਗਾ ਮੈਂ ਕਿਹਾ ਮੰਮੀ ਜ਼ਿਆਦਾ ਨਾ ਮਿਹਨਤ ਕਰੋ ਕਿਉਂਕਿ ਘਰ ਹੀ ਪੋਣਾ ਹੈ ਤੇ ਫਿਰ ਬਸ ਉਸ ਤੋਂ ਬਾਅਦ ਫਿਰ ਨਾਲ ਹੀ ਮੈਂ ਹੁਣ ਚੱਦਰ ਵਗੈਰਾ ਵਿਛਾ ਦੂੰਗੀ ਤੇ ਇੱਥੇ ਵਿੱਚ ਮੋਕਸ਼ੀ ਆ ਗਈ ਸੀ ਕਿ ਜਦੋਂ ਚੱਦਰ ਵਿਛਾ ਲਈ ਸੀ ਮੈਂ ਤੇ ਮੋਕਸ਼ੀ ਪਤਾ ਨਹੀਂ ਕੀ ਆਪਣੇ ਖਲੋਣੇ ਚ ਲੈ ਕੇ ਫਿਰਦੀ ਹੋਈ ਸੀ ਕਿ ਮੈਨੂੰ ਥੋੜਾ ਜਿਹਾ ਤੰਗ ਕਰ ਰਹੀ ਸੀਗੀ ਤੇ ਫਿਰ ਮੈਂ ਕਿਹਾ ਚਲ ਤੂੰ ਖੇਡ ਲੈ ਕੋਈ ਨਹੀਂ ਤੇ ਥੋੜੀ ਦੇਰ ਬਾਅਦ ਨਾ ਫਿਰ ਮੈਂ ਮੋਕਸ਼ੀ ਨੂੰ ਜਿਵੇਂ ਹੀ ਮੈਂ ਰੁਕਿਆ ਤੇ ਨਾਲ ਦੀ ਨਾਲ ਮੈਂ ਉਹਨੂੰ ਤਿਆਰ ਕਰਤਾ ਮੈਂ ਕਿਹਾ ਚਲ ਬੇਟਾ ਜਾ ਤੂੰ ਸਕੂਲ ਕਿਉਂਕਿ ਨਾ ਮੈਨੂੰ ਕੰਮ ਨਹੀਂ ਕਰਨ ਦੇ ਰਹੀ ਸੀਗੀ ਨਾਲ ਹੀ ਮੇਰੀ ਸ਼ੂਟਿੰਗ ਕਰਨ ਦੇ ਰਹੀ ਸੀ ਤਾਂ ਫਿਰ ਮੈਂ ਥੋੜੀ ਜਿਹੀ ਔਖੀ ਹੋ ਜਾਂਦੀ ਆ ਮੋਕਸ਼ੀ ਨਾਲ ਕੰਮ ਕਰਦੇ ਕਰ ਤਾਂ ਫਿਰ ਮੈਨੇ ਇਹਨੂੰ ਨਾ ਕਿਵੇਂ ਗੱਲਾਂ-ਗੁੱਲਾਂ ਚਲਾ ਲੁ ਕੇ ਮੈਂ ਕਿਹਾ ਚੱਲ ਬੇਟਾ ਜਾ ਸਕੂਲ ਕਿ ਹੁਣ ਮੀ ਰੁੱਕ ਗਿਆ ਚੱਲ ਫਿਰ ਬਸ ਇਹ ਨਾਲ ਨਾਲ ਇਹਨੇ ਜਾ ਤੰਗ ਨਹੀਂ ਕਰਿਆ ਇਹਨੂੰ ਨਾ ਅਨੁਮੂਖ ਹੈ ਨਾ ਫਿਰ ਮੈਂ ਸਕੂਲ ਭੇਜਦਾ ਤਾਂ ਇਹ ਚੱਲ ਗਿਆ ਰਾਮਨਾਲ ਤਿਆਰ ਹੋ ਕੇ ਇਹਦੇ ਪਾਪਾ ਛੱਡ ਆਏ ਸੀਗੇ ਤੇ ਇੱਥੇ ਨਾ ਮੈਂ ਇਹ ਖਲੋਣੇ ਚੱਕ ਰਹੀ ਤੂੰ ਸਰਜਨ ਦੇਖ ਲਓ ਕਿੰਨੇ ਖਲੋਣੇ ਖਲਾਰੇ ਹੋਏ ਨੇ ਉਹਨੇ ਤੇ ਇਹ ਜਦੋਂ ਚੱਕਣੇ ਹੋਣਾ ਤਾਂ ਮੈਨੂੰ ਇੱਕ ਵਾਰ ਤਾਂ ਬਹੁਤ ਸੋਚਣਾ ਪੈਂਦਾ ਕਿ ਹਈ ਕਿਉਂਕਿ ਨਾ ਥੱਲੇ ਝੁੱਕ ਕੇ ਚੱਕਣੇ ਹੁੰਦੇ ਆ ਬਹੁਤ ਜ਼ਿਆਦਾ ਐਵੇਂ ਹੋ ਜਾਂਦਾ ਕਿ ਥੱਲੇ ਝੁਕਣਾ ਔਖਾ ਹੁੰਦਾਗਾ ਤੇ ਇੰਨੇ ਖਲੋਣੇ ਚੱਕਦੇ ਚੱਕਦੇ ਮਾਈਂਡ ਦੇ ਵਿੱਚ ਐ ਹੋ ਜਾਂਦਾ ਕਿ ਕਿੰਨੇ ਜ਼ਿਆਦਾ ਖਲੋਣੇ ਨੇ ਇਹਦੇ ਕੋਲ ਤੇ ਬਸ ਇਹ ਚੱਕਦੇ ਚੱਕਦੇ ਮੈਨੂੰ 1-10 ਮਿੰਟ ਲੱਗ ਗਏ ਸੀਗੇ ਫਿਰ ਮੈਂ ਉਸ ਤੋਂ ਬਾਅਦ ਥੋੜੀ ਜ ਲੰਬਾ ਦਿਖਾਉਂਗੀ ਤਾਂ ਫਿਰ ਤੁਸੀਂ ਵੀ ਸਾਰੇ ਜਣੇ ਬੋਰ ਹੋ ਜਾਓਗੇ ਤੇ ਬਸ ਹੁਣ ਇੱਥੇ ਮੈਂ ਆਦੇ ਸਾਰੇ ਖਿਡੌਣੇ ਚੱਕਤੇ ਤੇ ਇੱਕ ਸਾਈਡ ਤੇ ਰੱਖਤੇ ਸੀ ਤੇ ਕਈ ਵਾਰ ਨਾ ਇਹ ਜਿਆਦਾ ਖਿਡੌਣੇ ਨਾਲ ਵੈਸੇ ਖੇਲਦੀ ਨਹੀਂ ਆ ਨਾ ਕਈ ਵਾਰੀ ਇਹਨੂੰ ਹੁੰਦਾ ਹੈ ਕਿ ਖੇਲਾ ਤੇ ਵੈਸੇ ਤਾਂ ਉਦਾਂ ਹੀ ਖੇਲਦੀ ਰਹਿੰਦੀ ਹੈ ਜਿਵੇਂ ਅੱਜ ਇਹਨੇ ਸਾਰਾ ਦਿਨ ਨਹੀਂ ਖਿਲਾਰੇ ਤੇ ਕੱਲ ਰਾਤ ਹੀ ਖਿਲਾਰ ਤੇ ਬਸ ਇਹਦਾ ਇੱਕ ਮੂੜ ਹੀ ਹੁੰਦਾ ਹੈਗਾ ਤੁਹਾਨੂੰ ਇਸ ਤੋਂ ਬਾਅਦ ਮੈਂ ਇਹਨੂੰ ਰੈਡੀ ਕਰਤਾ ਸੀ ਇਹਦੀ ਰੋਟੀ ਬਣਾਤੀ ਸੀ ਬਰਾਂਠੀ ਦੇ ਨਾਲ ਮੈਨੂੰ ਬਿਸਕੁਟ ਦਿੱਤੇ ਤੇ ਪਪਾਇਆ ਪਿਆ ਸੀ ਤੇ ਨਾਲ ਮੈਂ ਇਹਨੂੰ ਪਪਾਇਆ ਪਾ ਦਿੱਤਾ ਵੀ ਚਲੋ ਖਾ ਲੇਗੀ ਸਕੂਲ ਦੇ ਵਿੱਚ ਤਾਂ ਬਸ ਹੁਣ ਇੱਥੇ ਨਾ ਮੈਂ ਇਹਨੂੰ ਸਕੂਲ ਭੇਜ ਰਹੀ ਸੀਗੀ ਤੇ ਨਾ ਬਾਰ ਨਾ ਇੱਕ ਨਾ ਜਿਵੇਂ ਅੱਜਕੱਲ ਮੀਂਹ ਪੈ ਰਿਹਾ ਗੰਡੋਏ ਜਿਆ ਆ ਜਾਂਦੇ ਆ ਘਰ ਦੇ ਵਿੱਚ ਸਾਡੇ ਸਾਹਮਣੇ ਕੱਚਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਨਾ ਉਹਦੇ ਕਰਕੇ ਫਿਰ ਅੰਦਰ ਜਿਹੜੇ ਕੀੜੇ ਮਕੋੜੇ ਜੋ ਹੁੰਦੇ ਨਾਲ ਦੀ ਨਾਲ ਅੰਦਰ ਆ ਜਾਂਦਾ ਸਾਡੇ ਜੋਕਾ ਹੁੰਦੀਆਂ ਬੜਾ ਕੁਝ ਹੁੰਦਾ ਹੈਗਾ ਤਾਂ ਫਿਰ ਅਸੀਂ ਧਿਆਨ ਰੱਖਦੇ ਹਾਂ ਕਿਉਂਕਿ ਘਰ ਦੇ ਵਿੱਚ ਬੱਚਾ ਹਨ ਫਿਰ ਅਸੀਂ ਧਿਆਨ ਰੱਖਦੇ ਵੀ ਕੋਈ ਚੀਜ਼ ਅੰਦਰ ਆਂਦੀ ਇਸ ਨਾਲ ਦੀ ਨਾਲ ਬਾਹਰ ਕੱਢ ਦਿੰਦੇ ਆ ਤਾਂ ਫਿਰ ਨਾ ਮੈਨੂੰ ਇੱਥੇ ਇੱਕ ਗੰਡੋਆ ਜਿਹਾ ਦਿਖਿਆ ਤਾਂ ਮੈਂ ਉਹ ਬਾਹਰ ਕਰਤਾ ਸੀ ਤੇ ਨਾ ਇੱਥੇ ਮੈਂ ਆਪਣੇ ਹਸਬੰਦ ਨੂੰ ਮੇਰੇ ਹਸਬੰਦ ਕਹਿੰਦੇ ਚਾਬੀ ਲੈ ਕੇ ਆ ਮੈਂ ਕਿਹਾ ਤੇ ਰੱਖ ਦੀਏ ਤਾਂ ਕੀ ਬਣੇਗਾ ਹਨਾ ਬਸ ਇਹੀ ਗੱਲ ਕਰਕੇ ਅਸੀਂ ਹੱਸ ਰਹੇ ਇੱਕ ਦੂਜੇ ਨਾਲ ਤੇ ਵੀ ਤੁਸੀਂ ਚਾਬੀ ਨਹੀਂ ਲੈ ਕੇ ਆਏ ਮੈਂ ਕਿਹਾ ਤੇ ਬਹੁਤ ਇੱਥੇ ਇਹਨਾਂ ਨੂੰ ਬਾਈ ਕਰਕੇ ਫਿਰ ਮੈਂ ਆ ਗਈ ਸੀ ਤੇ ਬਾਕੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਜਾਂ ਮੈਂ ਵਲੌਗਸ ਤੇ ਵੀ ਦੱਸ ਜੁਣੀ ਆ ਕਿ ਮੈਂ ਹਮੇਸ਼ਾ ਅਮੋਖੀ ਸਕੂਲ ਜਾਂਦੀ ਉਹਨੂੰ ਵੀ ਬਾਈ ਕਰਕੇ ਆਉਣੀ ਆ ਤੇ ਜਦੋਂ ਮੇਰੇ ਹਸਬੰਦ ਜਾਂਦੇ ਆ ਤੇ ਇਹਨਾਂ ਨੂੰ ਵੀ ਬਾਈ ਕਰਦੇ ਕਿਉਂਕਿ ਜੋ ਤੱਕ ਮੈਂ ਇਹਨਾਂ ਦੋਨਾਂ ਨੂੰ ਬਾਈ ਨਹੀਂ ਕਰਦੀ ਮੈਨੂੰ ਇਦਾਂ ਹੁੰਦਾ ਕਿ ਸ਼ਾਇਦ ਮੈਂ ਇਹਨਾਂ ਨੂੰ ਭੇਜਿਆ ਹੀ ਨਹੀਂ ਜਾਂ ਕਿੱਦਾਂ ਹੋਣਾ ਮਨ ਦੇ ਵਿੱਚ ਇੱਕ ਰਹਿ ਜਾਂਦਾ ਹੈਗਾ ਬਟ ਮੈਂ ਇਹਨਾਂ ਦੋਨਾਂ ਨੂੰ ਭੇਜ ਬਾਈ ਕਰਕੇ ਹੀ ਭੇਜਦੀ ਹੁੰਨੀ ਆ ਉਸ ਤੋਂ ਬਾਅਦ ਫਿਰ ਮੈਂ ਆਪਣੇ ਕਿਚਨ ਦੇ ਵਿੱਚ ਆ ਗਈ ਸੀ ਮੈਂ ਗੁੰਨਾ ਸੀ ਆਟਾ ਕਿਉਂਕਿ ਅਸੀਂ ਰੋਟੀ ਬਣਾਉਣੀ ਸੀਗੀ ਬਸ ਇਹਦੀ ਪਰਾਂਠੀ ਬਣਾ ਕੇ ਭੇਜਤੀ ਸੀ ਮੋਖੀ ਦੀ ਥੋੜਾ ਆਟਾ ਪਿਆਜ਼ ਤੋ ਫਿਰ ਮੈਂ ਗੁੰਨ ਲਿਆ ਸੀ ਇੱਥੇ ਆਟਾ ਤੇ ਨਾਲ ਹੀ ਫਿਰ ਉਸ ਤੋਂ ਆਟਾ ਗੁੰਨਣ ਤੋਂ ਬਾਅਦ ਫਿਰ ਮੈਂ ਆਪਣੀਆਂ ਪਰਾਂਠੀਆਂ ਵਗੈਰਾ ਬਣਾਉਣ ਲੱਗ ਗਈ ਸੀ ਐਵੇਂ ਤਾਂ ਮੈਂ ਵਿੱਚੋਂ ਗਈ ਸੀ ਮੇਰੇ ਹਸਬੰਦ ਨੇ ਕਹਿੰਦੇ ਸੀ ਮੇਰੇ ਵੀ ਇੱਕ ਸ਼ਰਟ ਟੀ-ਸ਼ਰਟ ਪ੍ਰੈਸ ਕਰ ਦੇ ਮੈਂ ਪਾ ਕੇ ਜਾਣੀ ਹੈ ਤੇ ਫਿਰ ਮੈਂ ਇਹਨਾਂ ਦੇ ਵਿੱਚੋਂ ਟੀ-ਸ਼ਰਟ ਵੀ ਪ੍ਰੈਸ ਕਰਨ ਚੱਲ ਗਈ ਸੀ ਉਹ ਤਾਂ ਮੈਂ ਸ਼ੂਟ ਨਹੀਂ ਲਿਆ ਸੀਗਾ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਹਣਾ ਵਿੱਚ ਦੱਸ ਦੂੰਗੇ ਤੁਹਾਨੂੰ ਵੀ ਕੀ ਕੁਝ ਕਰ ਰਹੀ ਸੀ ਤੋ ਜਿਵੇਂ ਆਟਾ ਉਤਾ ਗੁੰਨੇ ਉਸ ਤੋਂ ਬਾਅਦ ਇਹਨਾਂ ਟੀ-ਸ਼ਰਟ ਪ੍ਰੈਸ ਕਰਕੇ ਫਿਰ ਮਨਾਲ ਦੀ ਨਾਲ ਆ ਕੇ ਆਪਣਾ ਰੋਟੀ ਵਗੈਰਾ ਬਣਾਉਣ ਲੱਗੀ ਸੀ ਵੀ ਪਾਪਾ ਨੂੰ ਦੇਤੀ ਪਰਾਂਠੇ ਬਣਾ ਕੇ ਤੇ ਸਾਰਿਆਂ ਦਾ ਨਾਸ਼ਤਾ ਕਰ ਲਿਆ ਸੀ ਨਾਲ ਦੀ ਨਾਲ ਮੈਂ ਤੇ ਮੇਰੇ ਹਸਬੰਦ ਅਸੀਂ ਦੋਨਾਂ ਨੇ ਇਕੱਠੇ ਕਰ ਲਿਆ ਸੀ ਤੇ ਬਸ ਇਦਾਂ ਹੀ ਹਣਾ ਤੇ ਲੰਘ ਗਿਆ ਪਤਾ ਹੀ ਨਹੀਂ ਲੱਗਿਆ ਕਿਉਂਕਿ ਅੱਜ ਕੱਲ੍ਹ ਦਿਨ ਛੋਟੇ ਹੋਏ ਹੋਏ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਇਹ ਦਿਨ ਪਤਾ ਹੀ ਨਹੀਂ ਲੱਗਦਾ ਕਿੰਜ ਬੀਤ ਜਾਂਦਾ ਹੈਗਾ ਬਾਕੀ ਜੇ ਤੁਹਾਨੂੰ ਸਾਰਿਆਂ ਨੂੰ ਹਨਾ ਇੱਥੇ ਤੱਕ ਤੁਸੀਂ ਆ ਗਿਓ ਵੀਡੀਓ ਪਸੰਦ ਆਈ ਹੈਗਾ ਇੱਕ ਲਾਈਕ ਵਾਲਾ ਬਟਨ ਜਰੂਰ ਦੱਬਿਓ ਤੇ ਰੈੱਡ ਵਾਲਾ ਸਬਸਕ੍ਰਾਈਬ ਵਾਲਾ ਬਟਨ ਦੱਬਿਓ ਜਿਹੜਾ ਕੋਈ ਮੇਰੇ ਚੈਨਲ ਉੱਤੇ ਪਹਿਲੀ ਵਾਰ ਆਇਆ ਸਬਸਕ੍ਰਾਈਬ ਵੀ ਚੈਨਲ ਨੂੰ ਜਰੂਰ ਕਰਿਓ ਜੇ ਤੁਸੀਂ ਸਾਰੇ ਜਣੇ ਨੇ ਹਨਾ ਨੈਕਸਟ ਵਾਰੀ ਇਹ ਵੀਡੀਓ ਦੇਖਣੀ ਹੈ ਕਲੀਨਿਕ ਕਲੌਕਸ ਦੇਖਣੇ ਹੈ ਤਾਂ ਇਦਾਂ ਹੀ ਡੇਲੀ ਆਉਂਦੇ ਰਹਿਣਗੇ ਸੋ ਨਾਲ ਹੀ ਨੋਟੀਫਿਕੇਸ਼ਨ ਵਾਲੀ ਬੈਲ ਜਰੂਰ ਦਬਾਇਆ ਕਰੋ ਕਿ ਜਦੋਂ ਵੀ ਆ ਵੀਡੀਓ ਪਾਵਾਂ ਤੁਹਾਨੂੰ ਹਨਾ ਜਲਦੀ ਜਲਦੀ ਮਿਲ ਸਕੇ ਵੈਸੇ ਮੇਰੀ ਵੀਡੀਓ ਪਾਉਣ ਦੀ ਟਾਈਮਿੰਗ ਰਾਤ ਦੀ 9 ਗੱਲ ਦੱਸਣੀ ਸੀਗੀ ਅਤੇ ਸੋਰੀ ਫਰੈਂਡਸ ਕੱਲ੍ਹ ਨੂੰ ਨਾ ਮੇਰੀ ਵੀਡੀਓ ਨਹੀਂ ਆਏਗੀ ਕਿਉਂਕਿ ਨਾ ਕੱਲ੍ਹ ਨੂੰ ਮੈਂ ਕਿਤੇ ਬਾਹਰ ਜਾਣਾ ਮੈਨੂੰ ਬਹੁਤ ਜ਼ਰੂਰੀ ਕੰਮ ਹੈਗਾ ਅਤੇ ਉਹਦੇ ਕਰਕੇ ਮੈਂ ਬਾਹਰ ਜਾਊਂਗੀ ਸਾਰਾ ਦਿਨ ਫਿਰ ਮੈਂ ਉੱਥੇ ਹੀ ਰਹਿਣਾ ਹੈਗਾ ਤਾਂ ਕਰਕੇ ਨਾ ਤਾਂ ਮੈਂ ਕੋਈ ਵਲੋਗ ਬਣਾ ਪਾਊਂਗੀ ਅਤੇ ਨਾ ਹੀ ਐਡਿਟ ਕਰ ਪਾਊਂਗੀ ਮੇਰੇ ਕੋਲ ਟਾਈਮ ਨਹੀਂ ਹੋਣਾ ਅਤੇ ਫਿਰ ਮੈਂ ਕੱਲ੍ਹ ਵਲੋਗ ਨਹੀਂ ਪਾਊਂਗੀ ਅਤੇ ਬਾਕੀ ਪਰਸੋਂ ਜ਼ਰੂਰ ਆਏਗਾ ਤੇ ਬਸ ਇਦਾਂ ਹੀ ਕਹਿਣਾ ਸੀਗਾ ਕਿ ਕੱਲ ਬਲੌਗ ਨਹੀਂ ਆਏਗਾ ਸੋ ਕੱਲ ਮੇਰੇ ਬਲੌਗ ਦੀ ਵੇਟ ਨਾ ਕਰਿਓ ਤੇ ਬਾਕੀ ਕਮੈਂਟ ਕਰਕੇ ਦੱਸੋ ਕਿਨੂ-ਕਿਨੂ ਮੇਰੇ ਬਲੌਗ ਦੀ ਵੇਟ ਰੈਂਦੀ ਹੈਗੀ ਤੇ ਬਹੁਤ ਵਧੀਆ ਸਬਸਕ੍ਰਾਈਬਰ ਨੇ ਮੇਰੇ ਤੇ ਸੱਚ ਇੱਕ ਹੋਰ ਗੱਲ ਤੁਹਾਨੂੰ ਸਾਰਿਆਂ ਨੂੰ ਦੱਸਣੀ ਸੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੇਰੇ 2000 ਸਬਸਕ੍ਰਾਈਬਰ ਕੰਪਲੀਟ ਹੋ ਗਏ ਜਿਆਦਾ ਹੀ ਹੋ ਗਏ ਸਗੋਂ ਉਸ ਤੋਂ ਤਾਂ ਬਹੁਤ ਬਹੁਤ ਦਿਲੋਂ ਤੁਹਾਡਾ ਧੰਨਵਾਦ ਤੁਸੀਂ ਸਾਰਿਆਂ ਨੇ ਇੰਨਾ ਪਿਆਰ ਤੇ ਇੰਨਾ ਸਪੋਰਟ ਦੇ ਰਹੇ ਹੋ ਕਿਉਂਕਿ ਸਬਸਕ੍ਰਾਈਬਰ ਵਧਾਉਣੇ ਹਨ ਸੋਕੀ ਗੱਲ ਨਹੀਂ ਹੈ ਪਹਿਲਾਂ ਮੇਰੇ ਲਈ 1000 ਮੇਰੇ ਲਈ ਬਹੁਤ ਟਫ ਸੀਗੇ ਵੀ ਮੈਂ ਜਦੋਂ 1000 ਕੰਪਲੀਟ ਕਰਿਆ ਹਨ ਮੈਨੂੰ ਪਤਾ ਹੈ ਮੈਂ ਇੱਕ ਇੱਕ ਸਬਸਕ੍ਰਾਈਬਰ ਕਿਦਾਂ ਲਿਆ ਹਨ ਤੇ ਹੁਣ ਮੇਰੇ 2000 ਸਬਸਕ੍ਰਾਈਬਰ ਹੋ ਗਏ ਇਹ ਮੇਰੇ ਲਈ ਬਹੁਤ ਵੱਡੀ ਗੱਲ ਹੈ ਇੱਥੇ ਤੱਕ ਪਹੁੰਚਣਾ ਕੋਈ ਸੌਖੀ ਗੱਲ ਨਹੀਂ ਹੈ ਕੋਈ ਆਮ ਬੰਦਾ ਨਹੀਂ ਪਹੁੰਚ ਸਕਦਾ ਬਹੁਤ ਹੀ ਮਿਹਨਤ ਕਰਕੇ ਪਹੁੰਚੀ ਆਂਗੀ ਮੈਨੂੰ 4-5 ਮਹੀਨੇ ਹੋ ਗਏ ਮਿਹਨਤ ਕਰਦੇ ਹਾਂ ਨੂੰ ਮਿਹਨਤ ਕਰਕੇ ਤੱਕ ਪਹੁੰਚੀ ਆਂ ਸੋ ਇਸ ਤੋਂ ਵੀ ਅੱਗੇ ਜਾਣ ਹਾਲੇ ਤਾਂ ਮੈਂ ਕੁਝ ਨਹੀਂ ਆਈ ਬਾਕੀ ਤੁਸੀਂ ਸਾਰੇ ਜਾਨੇ ਇਦਾਂ ਹੀ ਸਪੋਰਟ ਤੇ ਪਿਆਰ ਦਿੰਦੇ ਰਹੋ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤਾਂ ਕਿ ਮੇਰਾ ਜਿਹੜਾ ਚੈਨਲ ਹੈ ਜਲਦੀ ਜਲਦੀ ਮੋਨਟਾਈਜ਼ ਹੋ ਜੇ ਵਾਚ ਟਾਈਮ ਆਪਾਂ ਜਲਦੀ ਪੂਰਾ ਕਰੀ ਹਜੇ ਤਾਂ ਬਹੁਤ ਥੋੜਾ ਹੋਇਆਗਾ ਵਾਚ ਟਾਈਮ ਤੇ ਬਸ ਮਿਹਨਤ ਕਰ ਰਿਹਾ ਇਸੇ ਪਿੱਛੇ ਕਰ ਰਿਹਾ ਕਿ ਹਨ ਦੋ ਹੀ ਸਾਰੇ ਜਾਨੇ ਪਸੰਦ ਕਰੋਗੇ ਵੀਡੀਓ ਨੂੰ ਤੇ ਉਸ ਤੋਂ ਬਾਅਦ ਫਿਰ ਨਾ ਜਿਵੇਂ ਆਪਾਂ ਨੇ ਬੁੰਨੇ ਸਾਫ ਕਰੇ ਸਾਰਾ ਕੁਝ ਉਸ ਤੋਂ ਬਾਅਦ ਫਿਰ ਮੇਰਾ ਕਿਚਨ ਵਗੈਰਾ ਹਨ ਸਾਫ ਕਰਨ ਲੱਗ ਗਈ ਸੀਗੀ ਮੈਂ ਤੇ ਆਪਣੇ ਗੈਸ ਗੋਸ ਚੁੱਲਾ ਸਾਫ ਕਰਨ ਨਾਲ ਦੇ ਨਾਲ ਸਾਰਾ ਕਿਚਨ ਸਾਫ ਕਰ ਲਿਆ ਸੀਗਾ ਤੇ ਬਸ ਇਦਾਂ ਹੀ ਹਨ ਅੱਜ ਦਾ ਦਿਨ ਬੀਤ ਗਿਆ ਤੇ ਬਸ ਜਿੱਦਾਂ ਹੀ ਹਣਾ ਮੈਂ ਆਪਣਾ ਰਸੋਈ ਵਗੈਰਾ ਸਾਫ਼ ਕਰਕੇ ਆਈ ਉਸ ਤੋਂ ਬਾਅਦ ਫਿਰ ਮੈਂ ਆਪਣੇ ਰੂਮ ਦੇ ਵਿੱਚ ਜਿਹੜੇ ਕੱਪੜੇ ਧੋ ਕੇ ਰੱਖੇ ਸੀ ਉਹ ਝੱਕ ਲਈ ਸੀ ਵੀ ਚਲੋ ਤਿਆਰ ਕਰਕੇ ਹਣਾ ਇਹਨਾਂ ਨੂੰ ਅਲਮਾਰੀਆਂ ਦੇ ਵਿੱਚ ਰੱਖ ਦੇਣੀ ਆ ਵੀ ਜੇ ਹੁਣੇ ਧਾਇ ਕਰੂੰਗੀ ਫਿਰ ਰੁੱਲ ਜਾਣਗੇ ਫਿਰ ਹਣਾ ਕੱਲ ਤੇ ਕੱਲ ਪਹੁੰਚ ਜਾਂਦੀ ਕਿਉਂਕਿ ਮੈਨੂੰ ਕੱਪੜੇ ਧਾਇ ਕਰਨੇ ਜਾਂ ਕੱਪੜੇ ਪ੍ਰੈਸ ਕਰਨੇ ਸਭ ਤੋਂ ਔਖਾ ਕੰਮ ਲੱਗਦਾ ਵੈ ਸਾਰੇ ਕੰਮ ਮੈਂ ਕਰ ਲੂੰਗੀ ਬਟ ਜਦੋਂ ਕੱਪੜੇ ਧਾਇ ਕਰਨੇ ਹੋਣ ਜਾਂ ਪ੍ਰੈਸ ਲਗਾਨੀ ਹੋਵੇ ਐਵੇਂ ਲੱਗਦਾ ਕਿ ਬਾਚ ਕਰ ਲੂੰ ਬਾਚ ਕਰ ਲੂੰ ਫਿਰ ਕੋਲ ਹੋਇਆ ਰਹਿੰਦਾਗਾ ਫਿਰ ਮੁਕਸ਼ੀ ਤੰਗ ਕਰਦੀ ਫਿਰ ਮ ਤੇ ਹੁਣ ਉਸ ਤੋਂ ਬਾਅਦ ਜਿਵੇਂ ਕਪੜੇ ਵਗੈਰਾ ਤਾਇਗ ਰਹੀ ਗਈ ਸਾਰੇ ਆਪਦੇ ਉਹ ਥਾਵਾਂ ਤੇ ਰੱਖਤੇ ਉਸ ਤੋਂ ਬਾਅਦ ਫਿਰ ਮੈਂ ਆ ਗਈ ਸੀ ਆਪਣਾ ਡਰੋਇੰਗ ਰੂਮ ਦੇ ਵਿੱਚ ਕਿਉਂਕਿ 2-3 ਦਿਨ ਹੋ ਗਏ ਡਰੋਇੰਗ ਰੂਮ ਦੀ ਚੰਗੀ ਤਰ੍ਹਾਂ ਹਨਾ ਡੀਪ ਕਲੀਨਿੰਗ ਨਹੀਂ ਕੀਤੀ ਸੀਗੀ ਮੈਂ ਤੇ ਮੈਂ ਕਿਹਾ ਚਲੋ ਅੱਜ ਕਰ ਦਿੰਨੀ ਹੈ ਕਿ ਬਸ ਪਰਦੇ ਵਗੈਰਾ ਸਾਹਮਣੇ ਤੁਸੀਂ ਦੇਖ ਰਹੇ ਹੋਵੋਗੇ ਪਰਦੇ ਨਾ ਫੋਲਡ ਕੀਤੇ ਹੋਏ ਸੀ ਇੱਥੇ ਨਾ ਜਿਵੇਂ ਸ਼ਿਪਕਲੀਆਂ ਵਗੈਰਾ ਆਉਂਦੀਆਂ ਰਹਿੰਦੀਆਂ ਨੇ ਡਰੋਇੰਗ ਰੂਮ ਦੇ ਵਿੱਚ ਤਾਂ ਪਰਦਿਆਂ ਦੇ ਛੜ ਛੜ ਕੇ ਨਾ ਸਾਰਾ ਉੱਪਰ ਥੱਲੇ ਹੁੰਦੀਆਂ ਰਹਿੰਦੀਆਂ ਨੇ ਫਿਰ ਤਾਂ ਕਰਕੇ ਫੋਲਡ ਕਰੇ ਹੋਏ ਸੀ ਫਿਰ ਮੈਂ ਕਿਹਾ ਸੋਹਣੇ ਨਹੀਂ ਲੱਗ ਰਹੇ ਵਿੱਚ ਲੱਜ ਨਾ ਐਵੇਂ ਕਰਕੇ ਖਿਲਾਰ ਦਿੰਨੀ ਆ ਤਾਂ ਬਸ ਤਾਂ ਕਰਕੇ ਖਿਲਾਰਤੇ ਸੀ ਨਾਲ ਹੀ ਬੈਰਸ਼ਟ ਉਤਾਰ ਕੇ ਬੈਰਸ਼ਟ ਨੂੰ ਝਾੜ ਕੇ ਬਿਸ਼ਾਤਾ ਸੀਗਾ ਤੇ ਚੇਂਜ ਤਾਂ ਮੈਂ ਬੈੱਡ ਸ਼ੀਟ ਨਹੀਂ ਕੀਤੀ ਤਾਂ ਮੈਂ ਆਹੀ ਵਿਛਾਤੀ ਸੀ ਮੈਂ ਕਿਹਾ ਚਲ ਕੋਈ ਨਹੀਂ ਠੀਕ ਹੈ ਸਾਫ਼ ਹੋਈਏਗੀ ਥੋੜੇ ਦਿਨਾਂ ਨੂੰ ਜਦੋਂ ਕੱਪੜੇ ਧੋਵਾਂਗੇ ਫਿਰ ਹਨਾ ਵੀ ਵਿਛਾ ਦੂੰਗੀ ਵੀ ਫਿਰ ਉਤਾਰ ਦੂੰਗੀ ਚਲ ਕਿਉਂਕਿ ਨਾ ਕੱਪੜੇ ਧੋਣ ਚ ਦਿੱਕਤ ਆਈ ਪਈ ਇੱਕ ਤਾਂ ਮੀਂਹ ਹੋਏ ਪਏ ਨੇ ਉਤੋਂ ਸਾਡੀ ਮਸ਼ੀਨ ਖਰਾਬ ਹੋਈ ਪਈ ਹੈਗੀ ਸੇ ਬਸ ਇਦਾਂ ਹੀ ਹੋ ਰਿਹਾ ਹੈ ਪਤਾ ਨਹੀਂ ਕਿਵੇਂ ਹੋ ਰਿਹਾ ਕੱਲ ਵੀ ਦਿਨੇ ਬਹੁਤ ਤੇਜ਼ ਬਾਰਿਸ਼ ਹੋਈ ਤੇ ਦਬੈਰ ਨੂੰ ਧੁੱਪ ਆ ਗਈ ਅੱਜ ਵੀ ਸਾਰਾ ਦਿਨ ਸਵੇਰੇ 5 ਵਜੇ ਤੋਂ ਬਾਰਿਸ਼ ਸ਼ੁਰੂ ਹੋਈ ਹੈ ਤੇ 3 ਤੋਂ 9-10 ਵਜੇ ਤੱਕ ਪੂਰੀ ਬਾਰਿਸ਼ ਪਈ ਐ ਤੇ ਉਸ ਤੋਂ ਬਾਅਦ ਦੁਪਹਿਰ ਨੂੰ ਬਹੁਤ ਧੁੱਪ ਆ ਗਈ ਸੀ ਬਸ ਰੋਜ਼ੇ ਇਦਾਂ ਹੋ ਰਿਹਾਗਾ ਕਿਉਂਕਿ ਹੁਣ ਇੱਕ ਤਾਂ ਸਪਟੈਂਬਰ ਦਾ ਮਹੀਨਾ ਆ ਗਿਆ ਹੋਇਆ ਹੁਣ ਇੱਕ ਤਾਂ ਠੰਡ ਆਣੀ ਸ਼ੁਰੂ ਹੋਏਗੀ ਗੁਦਵਾਲੀ ਆ ਰਹੀ ਐ ਕਰਵਾ ਚੋਤ ਆ ਰਿਹਾਗਾ ਅਗੋ ਬਹੁਤ ਤਿਉਹਾਰ ਆ ਰਹੇ ਨੇ ਸੋ ਹਨਾ ਇਹ ਸਾਰੇ ਵਲੌਗ ਆਉਣਗੇ ਸੋ ਪਲੀਜ਼ ਜੇ ਤੁਸੀਂ ਚੈਨਲ ਦੇ ਵਿੱਚ ਹਨਾ ਪਹਿਲੀ ਵਾਰ ਆਨੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਤੁਹਾਨੂੰ ਹਨਾ ਮੇਰੀ ਵੀਡੀਓ ਮਿਲ ਸਕੇ ਤੇ ਪਲੀਜ਼ ਪਲੀਜ਼ ਬਹੁਤ ਜ਼ਿਆਦਾ ਸਪੋਰਟ ਕਰੋ ਮੈਨੂੰ ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈਗੀ ਤੇ ਉਸ ਤੋਂ ਬਾਅਦ ਜਿਵੇਂ ਹੁਣ ਮੈਂ ਜਿਵੇਂ ਛੱਦਰ ਵਗੈਰਾ ਝਾੜੀ ਪੁੰਜੀ ਹਣਾ ਉਸ ਤੋਂ ਬਾਅਦ ਫਿਰ ਮੈਂ ਨਾਲ ਹੀ ਸੋਫੇ ਵਗੈਰਾ ਚੰਗੇਦਰ ਝਾੜ ਪੁੰਜ ਕਰ ਦੂੰਗੀ ਸੋਫਿਆਂ ਦੀ ਤੇ ਬਸ ਨਾਲ ਹੀ ਮਗਦੀਆਂ ਬਗੜਾ ਲਗਾ ਦੂੰਗੀ ਤੇ ਹੁਣ ਤੁਸੀਂ ਸਾਰੇ ਜਣੇ ਮੇਰਾ ਡਰੋਇੰਗ ਰੂਮ ਦੇਖ ਲਓ ਕਿੰਨਾ ਸਾਫ਼ ਹੋ ਗਿਆ ਤੇ ਸਾਹਮਣੇ ਤੁਸੀਂ ਸਾਰੇ ਜਣੇ ਦੇਖ ਰਹੋਗੇ ਦੀਵਾਰ ਸਾਡੀ ਕਿੰਨੀ ਖਰਾਬ ਹੋਈ ਹੈ ਇੱਥੇ ਨਾ ਪਤਾ ਨਹੀਂ ਉੱਪਰ ਪਾਣੀ ਖੜ ਜਾਂਦਾ ਸਾਡੇ ਕੋਠੇ ਤੇ ਉਹਦੇ ਘਰ ਕਿਨਾਂ ਸਾਰੀ ਕੰਦ ਤੇ ਸਲਾਬ ਆਈ ਪਈ ਹੈਗੀ ਤੇ ਇਹ ਕੰਦ ਅਸੀਂ ਦੋ ਵਾਰ ਠੀਕ ਕਰਵਾ ਲਈ ਹੋਈ ਹੈਗੀ ਤਾਂ ਵੀ ਨਹੀਂ ਹੋ ਰਹੀ ਤੇ ਹੁਣ ਆਪਾਂ ਐਂ ਕਰਾਂਗੇ ਸਿੱਧਾ ਹੀ ਪੀਵੀਸੀ ਜਾਂ ਕੁਝ ਵਾਲਪੇਪਰ ਲਗਵਾ ਦਾਂਗੇ ਹੁਣ ਆਪਾਂ ਜ਼ਿਆਦਾ ਮਿਹਨਤ ਨਹੀਂ ਕਰਨੀ ਹੈਗੀ ਤੇ ਸੋਚ ਰਹੇ ਹਾਂ ਕਿ ਹੁਣ ਇੱਕ ਮੀਂਹ ਵਾਲੇ ਮੌਸਮ ਹੋਏ ਪਏ ਨੇ ਕਿ ਹਲੇ ਰੁੱਕ ਕੇ ਕਰਾਵਾਂਗੇ ਕੰਮ ਹਲੇ ਤਾਂ ਨਹੀਂ ਕਰਾਵਾਂਗੇ ਤੇ ਬਾਕੀ ਉਸ ਤੋਂ ਬਾਅਦ ਫਿਰ ਮੈਂ ਝਾੜੂ ਝੂੜੂ ਮਾਰਨ ਲੱਗ ਗਈ ਸੀ ਜਦੋਂ ਜਿਵੇਂ ਹਣਾ ਸਾਰਾ ਸਾਫ ਪੁੰਝ ਕਰਿਆ ਚਾੜ ਪੁੰਝ ਕਰੀ ਸਾਰਾ ਕੁਝ ਉਸ ਤੋਂ ਬਾਅਦ ਫਿਰ ਮੈਂ ਝਾੜੂ ਚੁੜ ਮਾਰਨ ਲੱਗੀ ਸੀ ਮੈਂ ਕਿ ਚਲوں ਸਾਰੇ ਘਰ ਦੇ ਵਿੱਚ ਝਾੜੂ ਮਾਰ ਦਿੰਨੀ ਆ ਕਿ ਮੇਰਾ ਮੇਨ ਕੰਮ ਹੀ ਹੁੰਦਾ ਕਿ ਜਦੋਂ ਇੱਕ ਵਾਰ ਡਸਟਿੰਗ ਕਰ ਲੈਣੀ ਹੈ ਸੱਧਰਾ ਵਗੈਰਾ ਝਾੜ ਪੁੰਝ ਕਰ ਦਿੰਨੀ ਆ ਉਸ ਤੋਂ ਬਾਅਦ ਫਿਰ ਮੈਂ ਝਾੜੂ ਵਗੈਰਾ ਮਾਰ ਕੇ ਫਿਰ ਨਾਲ ਇਹਨਾਂ ਪੋਚਾ ਵਗੈਰਾ ਮਾਰ ਦਿੰਦੀ ਹੁੰਨੀ ਆ ਤੇ ਅੱਜ ਮੈਂ ਪੋਚਾ ਨਹੀਂ ਮਾਰਿਆ ਸੀ ਸਕਿਪ ਕਰਤਾ ਸੀ ਕਿਉਂਕਿ ਨਾ ਬਹੁਤ ਮੌਸਮ ਖਰਾਬ ਸੀਗਾ ਬਾਹਰ بارش ਹੋ ਰਹੀ ਸੀ ਫਿਰ ਮੈਨੂੰ ਐ ਸੀ ਮੇਰਾ ਜਿਹੜਾ ਪੋਚਾ ਲਗਾਇਆ ਕਿਤੇ ਉਹ ਨਾ ਖਰਾਬ ਹੋ ਜਾਏ ਹਣਾ ਵੀ ਆ ਕਿ ਮਿੱਟੀ ਦਾ ਫੇਰ ਅੰਦਰ ਆਈ ਪਈ ਐ ਮੈਂ ਕਿਹਾ ਚਲੋ ਫੇਰ ਨਾ ਮੈਂ ਵੀਡੀਓ ਦੇ ਵਿੱਚ ਨਹੀਂ ਲਿਆ ਸੀ ਦੁਪਹਿਰ ਨੂੰ ਨਾ ਸਾਰਾ ਬਾਰੂ ਵਿੜਾ ਵੀ ਧੋਇਆ ਸੀ ਦੇ ਪੋਚ ਵਗੈਰਾ ਵੀ ਲਗਾ ਲਏ ਸੀਗੇ ਮੈਂ ਫਿਰ ਮੈਂ ਵੀਡੀਓ ਨਹੀਂ ਬਣਾਈ ਸੀਗੀ ਮੈਂ ਕਿਹਾ ਚਲੋ ਹੁਣ ਛੱਡ ਵੀ ਚਲੋ ਜਿੰਨਾ ਕੁ ਹੋ ਗਿਆ ਤਾਂ ਹੋ ਗਿਆ ਹਾਂਜੀ ਫੈਮਿਲੀ ਇੱਥੇ ਨਾ ਮੈਂ ਝਾੜੂ ਵਗੈਰਾ ਮਾਰ ਰਹੀ ਸੀ ਤੇ ਨਾਲ-ਨਾਲ ਮੈਂ ਝਾੜੂ ਪੂੰਝ ਕਰੀ ਜਾਂਦੀ ਸੀ ਨਾਲ ਨਾਲ ਮੈਂ ਝਾੜੂ ਮਾਰੀ ਜਾਂਦੀ ਸੀ ਤੇ ਅੱਜ ਮੈਂ ਸਬਜ਼ੀ ਬਣਾਈ ਸੀ ਆਲੂ ਵੜੀਆਂ ਦੀ ਸੋਇਆ ਬਿੰਦੀ ਵੜੀਆਂ ਹੁੰਦਾ ਨੇ ਵੜੀਆਂ ਹੁੰਦੀਆਂ ਨਾ ਬਸ ਉਹ ਬਣਾਈ ਸੀ ਕਿਉਂਕਿ ਮੈਨੂੰ ਅੱਜ ਕੁਝ ਸਮਝ ਜੀ ਨਹੀਂ ਆ ਰਿਹਾ ਸੀ ਕੀ ਬਣਾਵਾਂ ਤੇ ਆ ਸਬਜ਼ੀ ਮੈਨੂੰ 2 ਵਜੇ ਗਈ ਸੀ ਮੇਰੇ ਹਸਬੰਦ ਦੀ ਰੋਟੀ ਅੱਜ 3 ਵਜੇ ਗਈ ਉਹ 1:3 2 ਵਜੇ ਜਾਂਦੀ ਹੈ ਤੇ ਅੱਜ ਮੇਰੇ ਕੰਮ ਸਾਰੇ ਲੇਟ ਹੋ ਗਏ ਸੀ ਕਿਉਂਕਿ ਮੀਂਹ ਪੈ ਰਿਹਾ ਸੀ ਨਾ ਬਾਰੋ ਦੇ ਕਰਕੇ ਤੇ ਕੁਝ ਮੈਂ ਪਹਿਲਾਂ ਸਬਜੀ ਥੋੜੀ ਜੀ ਆਪ ਹੀ ਲੇਟ ਹੋ ਗਈ ਪਹਿਲਾਂ ਜਦੋਂ ਮੋਕਸ਼ੀ ਨੂੰ ਪਪਾ ਲੈਣ ਚਲ ਗਿਆ ਉਦੋਂ ਮੈਂ ਕਿਹਾ ਚਲ ਥੋੜਾ ਜਿਹਾ ਲਾਈਵ ਆ ਜਾਂਦੀ ਆ ਫਿਰ ਉਦੋਂ ਲਾਈਵ ਆਈ ਹੋਈ ਸੀਗੀ ਤੇ ਕੁਝ ਫਿਰ ਜੇ ਉਦੋਂ ਮੈਂ ਸ਼ਾਇਦ ਤੜਕਾ ਲਵਾ ਲੈਂਦੀ ਤਾਂ ਸ਼ਾਇਦ ਕੁਝ ਬਣਾ ਲੈਂਦੀ ਕੁਝ ਪਰ ਮੈਨੂੰ ਅੱਜ ਸਮਝ ਵੀ ਨਹੀਂ ਆ ਰਿਹਾ ਕਿ ਕੀ ਬਣਾਵਾਂ ਤੇ ਕਿਉਂਕਿ ਆਹੀ ਕਦੂ ਤੋਰੀਆਂ ਆਹੀ ਕੁਝ ਹੀ ਬਣ ਰਿਹਾ ਕਿੰਨੇ ਦਿਨਾਂ ਤੋਂ ਅਸੀਂ ਇਹ ਵੀ ਖਾ ਖਾਣਾ ਹੁਣ ਬੋਰ ਹੋਏ ਪਏ ਆਂਗੇ ਸਬਜ਼ੀਆਂ ਤੋਂ ਤੇ ਬਾਕੀ ਤੁਸੀਂ ਸਾਰੇ ਜਣੇ ਕਮੈਂਟ ਕਰਕੇ ਦੱਸੋ ਹਣਾ ਤੁਸੀਂ ਵੀ ਇਦਾਂ ਹੀ ਬੋਰ ਹੋਣੇ ਕਿਉਂਕਿ ਸਬਜ਼ੀਆਂ ਬਣਾਣਾ ਬਣਾਉਣ ਦੀ ਤਾਂ ਕੋਈ ਗੱਲ ਨਹੀਂ ਪਰ ਖਾਣ ਵੇਲੇ ਐਵੇਂ ਹੁੰਦਾ ਕਿ ਆਹ ਵਾਲੀ ਖਾਈਏ ਉਵੇਂ ਖਾਈਏ ਤੇ ਮੈਂ ਹੁਣ ਸੋਚ ਲਈ ਅੱਜ ਕੀ ਕੱਲ ਵਾਸਤੇ ਰਾਜਮਾ ਵਗੈਰਾ ਪੀ ਲੂੰਗੀ ਤੇ ਕੁਝ ਫਿਰ ਕੱਲ ਮੇ ਘਰ ਵੀ ਨਹੀਂ ਹੋਣਾ ਸੱਚ ਕਿਹਾ ਸੱਚ ਹਾਂ ਮੈਂ ਕੱਲ ਘਰ ਨਹੀਂ ਹੋਣਾ ਤਾਂ ਫਿਰ ਮੈਨੂੰ ਲੋੜ ਹੀ ਨਹੀਂ ਹਣਾ ਕੁਝ ਪੇਨ ਪੁੰਦੀ ਤੇ ਮੈਂ ਬਾਅਦ ਜਾਊਂਗੀ ਤੇ ਬਾਕੀ ਹਨਾ ਤੁਸੀਂ ਸਾਰੇ ਜਣੇ ਵਧੀਆ ਵਧੀਆ ਕਮੈਂਟ ਕਰਿਆ ਕਰੋ ਵੀ ਤਾਂ ਕਿ ਹਨਾ ਮੈਨੂੰ ਮੋਟੀਵੇਸ਼ਨ ਮਿਲਦਾ ਜੋ ਤੁਸੀਂ ਵਧੀਆ ਕਮੈਂਟ ਕਰਦੇ ਹੋ ਤੇ ਫਿਰ ਮੇਰਾ ਵੀਡੀਓ ਬਣਾਉਣ ਨੂੰ ਵੀ ਦਿਲ ਕਰਦਾ ਹੈ ਵੀ ਤੁਸੀਂ ਹਾਂ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਉਦੋਂ ਫਿਰ ਮੇਰਾ ਮੂਡ ਆਫ ਹੋ ਜਾਂਦਾ ਹੈ ਜਦੋਂ ਮੈਂ ਤੁਹਾਡੇ ਹਨਾ ਕਮੈਂਟ ਦੇਖਦੀ ਹਾਂ ਕਿ ਤੇ ਬਸ ਵਧੀਆ ਸਪੋਰਟ ਕਰੀ ਜਾਓ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਮੈਂ ਹਰ ਵੀਡੀਓ ਦੇ ਵਿੱਚ ਕਹਿੰਨੀ ਆ ਤੁਹਾਨੂੰ ਕਿ ਵੀਡੀਓ ਨੂੰ ਫੁੱਲ ਵਾਚ ਕਰੋ ਤਾਂ ਕਿ ਆਪਣਾ ਜਿਹੜਾ ਆਪਾਂ ਚੈਨਲ ਜਲਦੀ ਮੋਨਟਾਈਜ਼ ਕਰਾ ਲਈਏ ਹੈਲੋ ਦੋਸਤੋ ਤੇ ਮੈਂ ਨਾ ਹੁਣੇ ਝਾੜੂ ਵਗੈਰਾ ਮਾਰਿਆਗਾ ਤੇ ਤੁਸੀਂ ਪਸੀਨਾ ਦੇਖ ਲਓ ਵੀ ਸਵੇਰੇ ਇੰਨਾ ਠੰਡਾ ਮੌਸਮ ਸੀ ਮੀਂਹ ਪੈ ਰਸੀ ਠੰਡ ਲੱਗ ਰਹੀ ਸੀ ਨਹਾਉਣ ਦਾ ਵੀ ਦਿਲ ਨਹੀਂ ਕਰ ਰਿਹਾ ਸੀਗਾ ਤੇ ਹੁਣ ਇੰਨੀ ਜ਼ਿਆਦਾ ਗਰਮੀ ਹੋ ਗਈ ਹੈ ਜਿਵੇਂ ਮੀਂਹ ਆਇਆਗਾ ਤੇ ਥੋੜੀ ਬਹੁਤ ਧੁੱਪ ਆ ਗਈ ਹੈ ਮੈਂ ਸਿਰਫ ਹਲੇ ਝਾੜੂ ਲਗਾਇਆਗਾ ਹਲੇ ਪੋਚਾ ਨਹੀਂ ਮਾਰ ਰਹੀ ਮੈਂ ਕਿਹਾ ਚਲੋ ਪੋਚਾ ਬਾਅਦ ਦੇਖੂਗੀ ਅਗਰ ਦਿਲ ਕਰਿਆ ਲਾ ਲੂਗੀ ਬਾਕੀ ਮੌਸਮ ਖਰਾਬ ਹੈ ਬਾਹਰ ਸਾਰਾ ਜਿਹੜਾ ਚਿੱਕੜ ਹੈ ਉਹ ਅੰਦਰ ਆਏਗਾ ਮੈਂ ਸੋਚੇ ਮੈਂ ਪੋਚਾ ਜਸਕਿੱਪ ਕਰ ਦੇਣੀ ਆ ਤੇ ਚਲੋ ਕੋਈ ਗੱਲ ਨਹੀਂ ਬਾਕੀ ਜੇ ਤੁਹਾਨੂੰ ਸਾਰਿਆਂ ਨੂੰ ਮੇਰਾ ਵਲੌਗ ਲਾਸਟ ਤੱਕ ਪਸੰਦ ਆਇਆਗਾ ਲਾਈਕ ਸ਼ੇਅਰ ਕਰਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਾਇਆ ਕਰੋ ਜੇ ਤੁਸੀਂ ਚੈਨਲ ਦੇ ਵਿੱਚ ਪਹਿਲੀ ਵਾਰ ਆਇਓ ਬਾਕੀ ਜਿਹੜੇ ਮੇਰੇ ਪੁਰਾਣੇ ਸਬਸਕ੍ਰਾਈਬਰਸ ਨੇ ਉਹ ਮੈਨੂੰ ਡੇਲੀ ਦੇਖਦੇ ਹੀ ਨੇ ਜੇ ਤੁਹਾਨੂੰ ਹਣਾ ਵੀਡੀਓ ਪਸੰਦ ਆਉਂਦੀ ਹੈ ਮੈਨੂੰ ਵਧੀਆ ਕਮੈਂਟ ਕਰਕੇ ਦੱਸਿਆ ਕਰੋ ਤਾਂ ਕਿ ਮੈਂ ਤੁਹਾਡੇ ਕਮੈਂਟ ਦਾ ਵਧੀਆ ਰਿਪਲਾਈ ਕਰ ਸਕਾਂ ਤੇ ਸੋ ਹੁਣ ਤਨ ਸਾਰਿਆਂ ਨੂੰ ਮਿਲੂੰਗੀ ਨੈਕਸਟ ਨਿਊ ਵੀਡੀਓਜ਼ ਨਾਲ ਅ ਤੱਕ ਲਈ ਬਾਏ ਬਾਏ ਟੇਕ ਕੇਅਰ ਮਾਈ YouTube ਫੈਮਿਲੀ ਸੀ ਯੂ ਸੂਨ